कृषि और किसानों को कर्ज से निजात दिलाने के लिए सरकारों की तरफ से कृषि कानूनों के अलावा कई तरह की कृषि स्कीम, कृषि सहकारी सभाएं बनाई जाती हैं, ताकि देश की डूब रही कृषि और किसानी को बचाया जा सके। लेकिन इन सब चीजों से किसानों और कृषि को कितना फायदा पहुंचता है, ये सब तो जनता खुद ही जानती है। लेकिन अपने दर्शकों को जो हम अपने चैनल के माध्यम से दिखाना जा रहे हैं, वह है जिला गुरदासपुर के गांव हरचौपाल के नजदीक किसानों के द्वारा एकजुट होकर बनाई गई उत्तम खेती सहकारी सभा। ये सहकारी सभा इलाके के 25 किसानों ने मिलकर बनाई है और इसको रजिस्टर्ड भी करवाया गया है। सोसाइटी बनाने का मकसद कृषि के स्तर को ऊंचा उठाना और किसान को फायदा पहुंचाना है। किसानों द्वारा बनाई गई उत्तम खेती सहकारी सभा के द्वारा अपना पहला काम गुरदासपुर श्री हर गोविंदपुर सड़क पर कस्बा हरचौपाल में सड़क किनारे जगह लेकर गुड़ बनाने के प्रोजेक्ट से किया गया है। गुरदासपुर से सुखवीर सोखी की खास रिपोर्ट। ਵਧੀਆ ਲੱਗ ਰਿਹਾ ਵੇ ਜਿਹੜਾ ਕਿਸਾਨ ਆਪ ਖੁਦ ਕਰਕੇ ਆਪਣੀ ਕਰੇਗਾ ਉਹਨੂੰ ਤੇ ਇੱਕ ਤੇ ਪਹਿਲੀ ਗੱਲ ਮਜ਼ਦੂਰੀ ਨਹੀਂ ਕਿਸੇ ਨੂੰ ਦੇਣੀ ਪਏਗੀ ਆਪਣੇ ਕੋਲ ਹੀ ਸਾਰੀ ਕਮਾਈ ਉਹਦੇ ਕੋਲ ਖੁਦ ਹੀ ਰਹੇ ਜਿਹੜਾ ਉੱਤਮ ਖੇਤੀ ਨਾਮ ਦੀ ਜਿਹੜੀ ਸੰਸਥਾ ਰਜਿਸਟਰ ਕਰਾਈ ਆ ਸਹਿਕਾਰੀ ਸਭਾ ਜਿਹੜੀ ਖੋਲੀ ਆ ਇਹ ਕਿਸਾਨਾਂ ਵੱਲੋਂ ਰਲ ਕੇ ਖੋਲੀ ਗਈ ਆ ਕਿਸਾਨਾਂ ਨੇ ਆਪ ਹੀ ਇਹਦੇ ਤੇ ਪੈਸੇ ਲੈ ਕੇ ਆਪਣੀ ਜ਼ਮੀਨ ਦੇ ਵਿੱਚ ਸਾਰੇ ਕਿਸਾਨ ਵੀਰਾਂ ਨੇ ਰਲ ਕੇ ਇਹਨੂੰ ਖੋਲਿਆ ਔਰ ਇੱਥੇ ਕਿਸਾਨਾਂ ਨੂੰ ਆਪਣੀ ਫਸਲ ਵੇਚਣ ਦਾ ਜਿਹੜਾ ਉਹ ਮੌਕਾ ਮਿਲੇਗਾ ਹੋਰ ਜਿਹਦੇ ਨਾਲ ਬਹੁਤ ਜ਼ਿਆਦਾ ਜਿਹੜਾ ਕਿਸਾਨ ਨੂੰ ਫਾਇਦਾ ਹੋਏਗਾ ਅਤੇ ਇਹਦੇ ਨਾਲ ਜਿਹੜੇ ਹੋਰ ਇੱਥੇ ਜਿਹੜੇ ਰੁਜ਼ਗਾਰ ਦਾ ਮੌਕਾ ਮਿਲੇਗਾ ਪੜ੍ਹੇ ਲਿਖੇ ਨੌਜਵਾਨ ਲੜਕੇ ਲੜਕੀਆਂ ਨੂੰ ਰੁਜ਼ਗਾਰ ਦਾ ਮੌਕਾ ਮਿਲੇਗਾ। ਦੇਖੋ ਜੀ ਇਹ ਉੱਤਮ ਖੇਤੀ ਸਹਿਕਾਰੀ ਸਭਾ ਇੱਥੇ ਬਣਾਈ ਗਈ ਹੈ ਕਿਸਾਨਾਂ ਵੱਲੋਂ ਔਰ ਇੱਕ ਬਹੁਤ ਹੀ ਵਧੀਆ ਉਪਰਾਲਾ ਕੀਤਾ ਇੱਥੇ ਕਿਸਾਨਾਂ ਨੇ ਰਲ ਕੇ। ਚਲੋ ਅੱਜ ਸਾਨੂੰ ਵੀ ਪਤਾ ਲੱਗਾ, ਅਸੀਂ ਵੀ ਅੱਜ ਦੇਖ ਕੇ ਇੱਥੇ ਬੜਾ ਮਨ ਖੁਸ਼ ਹੋਇਆ ਕਿ ਇੱਥੇ ਆਪਣਾ ਹੀ ਕਿਸਾਨ ਆਪਣਾ ਹੀ ਗੰਨਾ ਲੈ ਕੇ ਆ ਰਹੇ ਆ ਔਰ ਆਪਣਾ ਹੀ ਇੱਥੇ ਗੁੜ ਤਿਆਰ ਹੋ ਰਿਹਾ ਵਾ। ਵੇਖੋ ਜੀ ਆਪਾਂ ਗੰਨਾ ਲੈ ਕੇ ਮਿੱਲਾਂ 'ਚ ਜਾਂਦੇ ਹਾਂ, ਕਈ ਮਿੱਲਾਂ ਦੇ ਵਿੱਚ ਦੋ ਦੋ ਤਿੰਨ ਤਿੰਨ ਸਾਲ ਕਿਸਾਨਾਂ ਨੂੰ ਪੈਸੇ ਹੀ ਨਹੀਂ ਮਿਲਦੇ। ਇਹਦੇ ਵਿੱਚ ਇਹ ਆ ਵੀ ਇਹਨਾਂ ਨੇ ਇਹ ਵੀ ਕਿਹਾ ਕਿ ਜਿਹੜੇ ਕਿਸਾਨ ਸਾਨੂੰ ਗੰਨਾ ਦੇਣਗੇ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੇ ਖਰਚੇ ਕੱਢ ਕੇ ਜੋ ਪ੍ਰੋਫਿਟ ਆਊਗਾ ਉਹਦੇ ਵਿੱਚ ਕਿਸਾਨਾਂ ਦਾ ਵੀ ਹਿਸਾਬ ਦਿੱਤਾ ਜਾਊਗਾ, ਯਾਨੀ ਕਿ ਜੋ ਵੀ ਉਹਨਾਂ ਦਾ 10-20 ਹਜ਼ਾਰ ਰੁਪਏ ਜੋ ਵੀ ਬਣੇਗਾ ਉਹਨਾਂ ਨੂੰ ਦਿੱਤਾ ਜਾਏਗਾ। ਅਸੀਂ ਵੱਲੋਂ ਜੁੜੇ ਹਾਂ ਜੀ ਅਤੇ ਸਮਾਜ ਸੇਵਾ ਕਰਦਿਆਂ ਚੱਲਦਿਆਂ ਇੱਕ ਦਿਨ ਮਨ 'ਚ ਗੱਲ ਆਈ ਅੱਜ ਤੋਂ 3 ਸਾਲ ਪਹਿਲਾਂ, ਇੱਕ ਜਿਹੜੇ ਕਿਸਾਨੀ ਆ ਸਾਡੀ ਬਹੁਤ ਘੱਟੇ ਜਾ ਰਹੀ ਹੈ, ਖੇਤੀ ਧੰਦਾ ਘੱਟੇ ਜਾ ਰਿਹਾ ਅਤੇ ਅਸੀਂ ਉਦਨ ਜਿੰਨੇ ਵੀ ਸਾਡੇ ਮੈਂਬਰ ਸਾਹਿਬਾਂ ਜਿਹਨਾਂ ਨਾਲ ਸਾਡੀ ਅੱਗੇ ਸੇਵਾ ਦੇ ਕਾਰਜ ਚੱਲਦੇ ਆ, ਅਸੀਂ ਬੈਠ ਕੇ ਸੋਚਿਆ ਵੀ ਹੁਣ ਕਿਸਾਨੀ ਦੀ ਸੇਵਾ ਵਾਸਤੇ ਵੀ ਕੁਝ ਕੀਤਾ ਜਾਵੇ। ਸ਼੍ਰੀ ਗੁਰੂ ਨਾਨਕ ਦੇਵ ਜੀ ਵੱਲੋਂ ਖੇਤੀ ਨੂੰ ਉੱਤਮ ਕਾਰਜ ਮੰਨਿਆ ਗਿਆ ਪਰ ਸਮੇਂ ਦੀਆਂ ਸਰਕਾਰਾਂ ਨੇ ਜਾਂ ਚੱਲਦਿਆਂ ਉਹਨੂੰ ਲਾਹੇਵੰਦ ਤੋਂ ਬੜਾ ਦੂਸਰੇ ਪਾਸੇ ਨੂੰ ਵਪਾਰੀਕਰਨ ਵਾਲੇ ਪਾਸੇ ਵਪਾਰ ਪਾਸੇ ਲੈ ਗਏ ਅਤੇ ਅਸੀਂ ਮਤਲਬ ਉਹ ਗੁਰੂ ਨਾਨਕ ਦੇਵ ਜੀ ਸਾਹਿਬ ਵੱਲੋਂ ਦਿੱਤਾ ਗਿਆ ਉੱਨਤ ਖੇਤੀ ਉੱਤਮ ਖੇਤੀ ਮੱਧਮ ਉਪਕਾਰ ਨਿਖਿਤ ਚੱਕਰੀ ਖੇਤੀ ਉੱਤਮ ਆ ਅਤੇ ਅਸੀਂ ਬਾਬਾ ਜੀ ਵੱਲੋਂ ਕਹੇ ਗਏ ਉਹ ਸ਼ਬਦ ਦੇ ਪੂਰਨਿਆਂ ਦੇ ਉੱਤੇ ਅਸੀਂ ਪੂਰੇ ਉਤਰਨਾ ਅਤੇ ਅਸੀਂ ਖੇਤੀ ਨੂੰ ਇੱਕ ਪੰਜਾਬ 'ਚ ਉੱਤਮ ਧੰਦਾ ਬਣਾਉਣਾ ਉੱਤਮ ਕਿੱਤਾ ਬਣਾਉਣਾ। ਕੀ ਨਾਮ ਦਿੱਤਾ ਗਿਆ ਫਿਰ? ਉੱਤਮ ਖੇਤੀ ਇਹ ਗੁੜ ਸ਼ੱਕਰ ਸਹਿਕਾਰੀ ਸਭਾ। ਕਿੰਨੇ ਕਿਸਾਨ ਹੁਣ ਤੱਕ ਜੁੜੇ ਆ? 25 ਕਿਸਾਨ ਅਸੀਂ ਇਸ ਮੁੱਢਲੇ ਰੂਪ ਦੇ ਵਿੱਚ। ਕੀ ਉਹਨਾਂ ਵੱਲੋਂ ਉਪਰਾਲਾ ਕੀਤਾ ਗਿਆ? ਉਹਨਾਂ ਵੱਲੋਂ ਪੂਰਾ ਸਹਿਯੋਗ, ਸਾਰਿਆਂ ਦਾ ਇੱਕ ਦੂਜੇ ਨਾਲ ਪੂਰਾ ਸਹਿਯੋਗ ਕੀਤਾ ਜਾਂਦਾ ਅਤੇ ਅਸੀਂ ਜਿਹੜਾ ਵੀ ਪੈਸਾ ਇਕੱਠਾ ਕਰਦੇ ਹਾਂ ਅਸੀਂ ਉਹ ਜੋ ਜਿੰਨਾ ਪੈਸਾ ਚਾਹੀਦਾ ਆਪਸ 'ਚ ਗੱਲ ਕਰੀਦੀ ਆ, ਉਸ ਵੇਲੇ ਸਾਡੇ ਕਿਸਾਨ ਉਹਦੀ ਹਾਮੀ ਭਰਦੇ ਆ ਅਤੇ ਉਹ ਨਾਲ ਦੀ ਨਾਲ ਪੈਸਾ ਆ ਜਾਂਦਾ। ਫਿਰ ਜਿਹੜਾ ਕਿਸਾਨ ਪੈਸਾ ਲਗਾਉਂਦੇ ਉਹਨਾਂ ਨੂੰ ਕੋਈ ਪ੍ਰੋਫਿਟ ਮਿਲਦਾ? ਉਹਨਾਂ ਨੂੰ ਪਹਿਲੇ ਦੱਸ ਦਿੱਤਾ ਗਿਆ ਕਿ ਅਸੀਂ ਕੋਈ ਪ੍ਰੋਫਿਟ ਨਹੀਂ ਲੈਣਾ, ਅਸੀਂ ਸੇਵਾ ਕਰਨੀ ਆ। ਹਾਂ, ਜਿਹੜਾ ਉਹਨਾਂ ਨੇ ਪੈਸਾ ਸਾਨੂੰ ਸੁਸਾਇਟੀ ਨੂੰ ਦਿੱਤਾ ਉਹਦਾ ਅਸੀਂ ਜੋ ਬੈਂਕ ਦੇ ਵਿੱਚ ਬੈਂਕ FD ਦਾ ਵਿਆਜ ਦਿੰਦੀ ਆ ਅਸੀਂ ਉਹ ਕਿਸਾਨਾਂ ਨੂੰ ਉਹ ਵਿਆਜ ਜਿਹੜਾ ਦਿਆ। ਫਸਲ ਤੁਸੀਂ ਕਿਸਾਨਾਂ ਤੋਂ ਖਰੀਦਦੇ ਹੋ ਅਤੇ ਕਿਸਾਨਾਂ ਨੂੰ ਫਿਰ ਕਿਸ ਤਰੀਕੇ ਨਾਲ ਪੇਮੈਂਟ ਕਰਦੇ ਹੋ ਅਤੇ ਕਿਸ ਤਰ੍ਹਾਂ ਉਹਨਾਂ ਨੂੰ ਪ੍ਰੋਫਿਟ ਹੋਏਗਾ? ਦੇਖੋ ਮੁੱਢਲੇ ਰੂਪ 'ਚ ਆਪਾਂ ਗੰਨੇ ਤੋਂ ਸ਼ੁਰੂ ਕੀਤਾ ਗੁੜ ਦੀ ਤਿਆਰੀ, ਅਸੀਂ ਉਹਨਾਂ ਕੋਲ ਗੰਨਾ ਲੈ ਕੇ 14 ਦਿਨ ਦੇ ਅੰਦਰ ਉਹਨਾਂ ਨੂੰ ਪੇਮੈਂਟ ਦੇ ਦੇਣੀ। ਦੇਖੋ ਜਦੋਂ ਅਸੀਂ ਇਹ ਗੰਨੇ ਦਾ ਸੀਜ਼ਨ ਖਤਮ ਹੋਏਗਾ ਉਸ ਤੋਂ ਬਾਅਦ 'ਚ ਸੁਸਾਇਟੀ ਦਾ ਆਡਿਟ ਹੋਏਗਾ, ਆਡਿਟ ਦੇ ਜਿੰਨੀ ਸੁਸਾਇਟੀ ਪ੍ਰੋਫਿਟ ਵਿੱਚ ਜਾਏਗੀ ਉਹਦੇ ਪ੍ਰੋਫਿਟ ਦਾ ਕੁਝ ਹਿੱਸਾ ਉਹ ਕਿਸਾਨਾਂ ਜਿਨ੍ਹਾਂ ਕੋਲੋਂ ਸਾਨੂੰ ਗੰਨਾ ਮਿਲਿਆ ਪ੍ਰਾਪਤ ਹੋਇਆ ਅਸੀਂ ਉਹਨਾਂ ਦੇ ਖਾਤੇ ਪਾਵਾਂਗੇ। ਜਿਸ ਤਰ੍ਹਾਂ ਕਿ 20 ਰੁਪਈਏ, 30 ਰੁਪਏ, 50 ਰੁਪਏ, ਭਾਵੇਂ ਕਿ ਅਸੀਂ ਇਹੀ ਸੋਚਿਆ ਕਿ ਕਿਸਾਨ ਦਾ ਗੰਨਾ ਹੀ 400 ਰੁਪਈਏ ਤੱਕ 20 ਕੁਇੰਟਲ ਲਵਾਂਗੇ, ਪਰ ਪਹਿਲਾਂ ਅਸੀਂ ਜੋ ਸਰਕਾਰੀ ਰੇਟ ਆ 310 ਰੁਪਈਏ ਅਸੀਂ ਉਹੀ ਲੈਂਦੇ। ਇਹੀ ਮਾਡਲ ਆ ਖੇਤੀਬਾੜੀ ਨੂੰ ਵਧੀਆ ਬਣਾਉਣ ਲਈ ਵੀ ਜਿਹਦੇ ਨਾਲ ਸਾਡੀ ਆਉਣ ਵਾਲੇ ਸਮੇਂ 'ਚ ਖੇਤੀਬਾੜੀ ਸਾਡੇ ਕੋਲ ਹੀ ਰਹੇਗੀ, ਕਿਸਾਨਾਂ ਦੇ ਕੋਲ ਉਤਪਾਦ ਰਹੇਗਾ ਅਤੇ ਮੰਡੀਕਰਨ ਵੀ ਕਿਸਾਨਾਂ ਦੇ ਕੋਲ।